ਤਰਨ ਦੀ ਪਰ ਨਰਸਾਂ ਦਾ ਮਾਮਲਾ ਜਿਹੜਾ ਹੈਗਾ ਆ ਆਪਣੀ ਛੁੱਟੀ ਤੋਂ ਪਹਿਲਾਂ ਵੀ ਗਰਮ ਰਿਹਾ ਹੈਗਾ ਆ। ਹੁਣ ਜਦੋਂ ਆਪਾਂ ਵਾਪਸ ਆਏ ਹੈਗੇ ਆ ਤਾਂ ਉਦੋਂ ਵੀ ਜਿਹੜਾ ਹੈਗਾ ਨਰਸਾਂ ਦਾ ਮੁੱਦਾ ਭਖਿਆ ਹੋਇਆ ਹੈਗਾ ਆ, ਯਾਨੀ ਕਿ ਅਸਮਾਨ ਛੂ ਰਿਹਾ ਹੈਗਾ ਆ। ਕੀ ਕਾਰਨ ਹੈਗਾ ਕਿ ਨਰਸਾਂ ਜਿਹੜੀਆਂ ਹੈਗੀਆਂ ਆ ਖਬਰਾਂ ਦਾ ਪਿੱਛਾ ਨਹੀਂ ਛੱਡ ਰਿਹਾ, ਜਾਂ ਖਬਰਾਂ ਇਹਨਾਂ ਨੂੰ ਖਿੱਚ ਕੇ ਲਿਆ ਰਹੀਆਂ ਹੈਗੀਆਂ? ਦੇਖੋ, ਇਹ ਹੈਲਥ ਸਿਸਟਮ ਨਹੀਂ ਪਿੱਛਾ ਛੱਡਣ ਦੇ ਰਿਹਾ ਜਸਪ੍ਰੀਤ ਜੀ, ਕਿਉਂਕਿ ਜਦੋਂ ਰੋਜ਼ ਤੁਸੀਂ ਹੁੰਦੀ ਖੱਜਲ ਖੁਆਰੀ ਬਾਰੇ ਖਬਰਾਂ ਪੜ੍ਹਦੇ ਆ, ਜਦੋਂ ਤੁਸੀਂ ਤੁਹਾਡਾ ਰੋਜ਼ ਹਸਪਤਾਲਾਂ ਨਾਲ, ਡਾਕਟਰਾਂ ਨਾਲ, ਜੀ ਪੀਜ਼ ਨਾਲ ਤੁਹਾਡਾ ਵਾਹ ਪੈਂਦਾ ਹੈਗਾ, ਤਾਂ ਉੱਥੇ ਤੁਸੀਂ ਜਸਪ੍ਰੀਤ ਜੀ ਖੱਜਲ ਖੁਆਰ ਹੁੰਦੇ ਹੋ, ਤਾਂ ਉਹਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਕਿ ਇਹ ਖਬਰਾਂ ਬਣੀਆਂ ਹੋਈਆਂ ਨੇ। ਨਰਸਾਂ ਦੀ ਘਾਟ ਆ, ਰੈਸਟ ਹੋਮਾਂ ਦੇ ਵਿੱਚ ਘਾਟ ਆ, ਹਸਪਤਾਲਾਂ ਦੇ ਵਿੱਚ ਘਾਟ ਆ, ਅਤੇ ਜਿਹਦੇ ਕਰਕੇ ਕਿ ਨਰਸਿੰਗ ਕੌਂਸਲ ਆਫ ਨਿਊਜ਼ੀਲੈਂਡ ਲਗਾਤਾਰ ਸਰਕਾਰ ਦੇ ਉੱਤੇ ਦਬਾਅ ਪਾ ਰਹੀ ਆ, ਲਗਾਤਾਰ ਕਹਿ ਰਹੀ ਹੈ ਕਿ ਨਰਸਾਂ ਲਿਆਂਦੀਆਂ ਜਾਣ। ਪਿਛਲੇ ਦਿਨੀ ਸਰਕਾਰ ਨੇ ਇੱਕ ਗ੍ਰੀਨ ਲਿਸਟ ਜਾਰੀ ਕੀਤੀ ਸੀ, 85 ਓਕੂਪੇਸ਼ਨਸ, ਉਹਦੇ ਵਿੱਚ ਕੁਛ ਨੂੰ ਸਿੱਧੀਆਂ ਸਟ੍ਰੀਮ ਲਾਈਨ ਰੈਜੀਡੈਂਸੀ ਸੀ, ਕੁਝ ਨੂੰ ਵਰਕ ਟੂ ਰੈਜੀਡੈਂਸੀ ਸੀ, ਅਤੇ ਨਰਸਾਂ ਨੂੰ ਵਰਕ ਟੂ ਰੈਜੀਡੈਂਟ ਵੀਜ਼ੇ 'ਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਵੀ ਸਰਕਾਰ ਦੀ ਕਾਫੀ ਨੁਕਤਾਚੀਨੀ ਹੋਈ ਸੀ, ਪਰ ਉਹਦੇ 'ਤੇ ਵੀ ਵੱਖ ਵੱਖ ਕਿਸਮ ਦੇ ਜਿਹੜੇ ਹੈਗੇ ਆ ਕਿ ਜਿਹੜੇ ਸਰਕਾਰ ਵੱਲੋਂ ਜਾਂ ਹੈਲਥ ਮਿਨਿਸਟਰ ਵੱਲੋਂ ਜਿਹੜੇ ਹੈਗੇ ਕਿ ਪ੍ਰਤੀਕਰਮ ਆਏ ਸੀ ਵੀ ਨਹੀਂ ਜੀ, ਨਰਸਾਂ ਛੱਡ ਜਾਂਦੀਆਂ ਨੇ, ਉਹਨਾਂ ਨੂੰ ਰੱਖਣ ਦੇ ਲਈ, ਪੱਕਾ ਕਰਨ ਦੇ ਲਈ, ਇੱਦਾਂ ਜਿਹੜਾ ਹੈਗਾ ਕਿ ਇਹ ਜਿਹੜਾ ਦੂਜੀ ਗੱਲ, ਏਜਡ ਕੇਅਰ ਦੇ ਵਿੱਚ ਪ੍ਰੋਪਰ ਕੰਮ ਨਹੀਂ ਹੁੰਦਾ, ਜਿਹਦੇ ਕਰਕੇ ਕਿ ਸਾਨੂੰ ਕੀ ਕਰਨਾ ਪਿਆ ਹੈਗਾ, ਨਹੀਂ ਨਹੀਂ ਸੀ ਵੀ। ਪਰ ਦੇਖਿਓ ਤੁਸੀਂ, ਜਦੋਂ ਕੇਰਾਂ ਬਾਰਡਰ ਖੋਲ੍ਹਣ ਦਿਓ, ਇੱਥੇ ਜਹਾਜ਼ ਭਰ ਭਰ ਆਉਣਗੇ, ਸੋ ਇਹ ਉਹਨਾਂ ਦਾ ਦਾਅਵਾ ਸੀਗਾ। ਉਹਦੀ ਹੁਣ ਇੱਕ ਨਾ ਇਨਫੋਰਮੇਸ਼ਨ ਰੇਡੀਓ ਇੰਜਡ ਨੇ ਜਸਪ੍ਰੀਤ ਜੀ, ਜਿਹੜੀ ਇੰਪਲਾਇਮੈਂਟ ਮਿਨਿਸਟਰੀ ਤੋਂ ਅਫੀਸ਼ੀਅਲ ਡਾਟਾ ਮੰਗਿਆ ਸੀਗਾ, ਅਫੀਸ਼ੀਅਲ ਡਾਟਾ ਆ ਗਿਆ। ਉਹ ਕਹਿੰਦੇ ਜੀ ਜੁਲਾਈ ਮਹੀਨੇ ਸ਼ੁਰੂ ਹੋਇਆ ਕਿ ਜਦੋਂ ਇਹ ਸਾਰਾ ਸਟ੍ਰੀਮ ਲਾਈਨ ਸਿਸਟਮ ਸ਼ੁਰੂ ਹੋਇਆ, ਤਾਂ ਕਹਿੰਦੇ ਜੀ ਜੁਲਾਈ ਮਹੀਨੇ ਦੇ ਵਿੱਚ 9 ਨਰਸਾਂ ਨੇ ਹੀ ਕੁੱਲ ਵਰਕ ਟੂ ਰੈਜੀਡੈਂਟ ਵੀਜ਼ੇ ਲਈ ਬਾਹਰਲੇ ਮੁਲਕਾਂ ਤੋਂ ਅਪਲਾਈ ਕੀਤਾ ਗਾ। ਜਦੋਂ ਹੀ ਇਹ ਫਿਰ ਜਸਪ੍ਰੀਤ ਜੀ ਰੇਡੀਓ ਇੰਜਡ ਦੇ ਉੱਤੇ ਆਇਆ, ਤਾਂ ਇਹ ਹਾਹਾਕਾਰ ਮੱਚ ਗਈ, ਅਤੇ ਇਹ ਹਾਹਾਕਾਰ ਜਿਹੜੀ ਨਰਸਿੰਗ ਕੌਂਸਲ ਆਫ ਨਿਊਜ਼ੀਲੈਂਡ, ਉਹਨੇ ਵੀ ਕਿਹਾ ਵੀ ਤੁਹਾਨੂੰ ਅਸੀਂ ਕਿਹਾ ਸੀ ਨਾ ਵੀ ਤੁਸੀਂ ਬੰਦਿਆਂ ਵਰਗੀ ਪਾਲਿਸੀ ਬਣਾਓ ਕੋਈ, ਪਰ ਤੁਸੀਂ ਨਹੀਂ ਬਣਾਈ, ਜਦੋਂ ਨਹੀਂ ਬਣਾਈ ਤਾਂ ਉਹਦਾ ਖਮਿਆਜਾ ਆ ਰਿਹਾ। ਅਤੇ ਸੇਮ ਟਾਈਮ ਐਂਡਰਿਊ ਲਿਟਲ ਜਿਹੜੇ ਕਿ ਹੈਲਥ ਮਿਨਿਸਟਰ ਨੇ, ਉਹ ਬਚਾਓ ਲਈ ਆ ਗਏ। ਜਦੋਂ ਬਚਾਓ ਲਈ ਆ ਗਏ ਤਾਂ ਜਸਪ੍ਰੀਤ ਜੀ ਉਹਨਾਂ ਨੇ ਕਿਹਾ ਵੀ ਨਹੀਂ, ਇਹ ਗੱਲ ਠੀਕ ਨਹੀਂ ਹੈਗੀ, ਸੋ ਡਾਟਾ ਪੂਰਾ ਨਹੀਂ ਆਇਆ, ਡਾਟਾ ਆਉਣ ਲਈ 20 ਦਿਨ ਲੱਗਦੇ ਨੇ, ਜੁਲਾਈ ਮਹੀਨੇ ਦਾ ਸਾਰੇ ਦਾ ਡਾਟਾ ਨਹੀਂ ਹੈਗਾ, ਤੁਸੀਂ ਹਜੇ ਕੁਛ 5-7 ਦਿਨ ਹੋਰ ਰੁਕੋ, ਫਿਰ ਤੁਹਾਨੂੰ ਜੁਲਾਈ ਦਾ ਜਿਹੜਾ ਕਿ ਡਾਟਾ ਆਊਗਾ, ਫਿਰ ਤੁਹਾਨੂੰ ਦੱਸਾਂਗੇ ਵੀ ਜੁਲਾਈ ਦੇ ਵਿੱਚ ਕਿੰਨੇ, 9 ਦੀਆਂ 18 ਹੋਈਆਂ ਜਾਂ 27 ਹੋਈਆਂ, ਕਿੰਨੀਆਂ ਹੋਈਆਂ। ਦੂਜੇ ਪਾਸੇ ਨਰਸਿੰਗ ਕੌਂਸਲ ਦਾ ਇਹ ਕਹਿਣਾ ਕਿ ਸਾਨੂੰ 100 ਨਰਸ ਚਾਹੀਦੀ ਆ ਹਰ ਮਹੀਨੇ ਨਿਊਜ਼ੀਲੈਂਡ, ਜਿਹੜੀ ਇੱਥੇ ਆਉਣੀ ਚਾਹੀਦੀ ਆ, 100 ਨਰਸ ਹਰ ਮਹੀਨੇ ਨਿਊਜ਼ੀਲੈਂਡ ਆਉਣੀ ਚਾਹੀਦੀ ਆ ਘੱਟੋ ਘੱਟ ਅਗਲੇ 2-3 ਸਾਲ, ਫਿਰ ਜਾ ਕੇ ਜਿਹੜਾ ਹੈਗਾ ਕਿ ਬੈਲੈਂਸ ਜਾਂ ਜਿਹੜੀ ਕਿ ਗੱਲਬਾਤ ਬਣੂਗੀ। ਜੇ ਇਹ ਨਾ ਹੋਇਆ, 100 ਘੱਟੋ ਘੱਟ, ਵੱਧ ਭਾਵੇਂ 500 ਆ ਜਾਵੇ, 300 ਆ ਜਾਵੇ, ਪਰ ਉਹ ਕਹਿੰਦੇ ਮਿਨੀਮਮ 100 ਇੱਥੇ ਆਉਣੀ ਚਾਹੀਦੀ ਹੈ, ਸਰਕਾਰ ਨੂੰ ਸੋਚਣਾ ਚਾਹੀਦਾ। ਐਂਡਰਿਊ ਲਿਟਲ ਹੋਰੀ ਫਿਰ ਆਏ ਫਰੰਟ 'ਤੇ, ਤਾਂ ਉਹਨਾਂ ਨੇ ਕਿਹਾ ਕਿ ਇਸ ਮੌਕੇ ਅਸੀਂ ਜਿਹੜਾ ਚੈੱਕ ਜਿਹਾ ਕਰਾਇਆ, ਸਾਡੇ ਕੋਲ ਇੱਕ ਡਾਟਾ ਜਿਹਾ ਹੈਗਾ, ਡਾਟਾ ਰਿਲੀਜ਼ ਉਹਨਾਂ ਨੇ ਕੀਤਾ ਨਹੀਂ, ਉਹਦਾ ਕੋਈ ਅਫੀਸ਼ੀਅਲ ਸੋਰਸ ਨਹੀਂ ਦੱਸਿਆ। ਉਹ ਕਹਿੰਦੇ ਵੀ 7,000 ਹੈਲਥ ਵਰਕਰ ਨਿਊਜ਼ੀਲੈਂਡ ਆਉਣ ਦੇ ਇੱਛੁੱਕ ਨੇ, ਅਤੇ ਇਹਨਾਂ ਦੇ ਵਿੱਚੋਂ 3200 ਨਰਸਾਂ ਨੇ, ਵੀ ਤੁਸੀਂ ਦੇਖਿਓ ਸਹੀ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਆ, ਕਿਸ ਤਰੀਕੇ ਨਾਲ ਨਿਊਜ਼ੀਲੈਂਡ ਜਹਾਜ਼ ਭਰ ਭਰ ਕੇ ਆਉਣਗੇ। ਹਜੇ ਵੀ ਉਹਨਾਂ ਦਾ ਦਾਅਵਾ ਤੇ ਵਾਅਦਾ, ਉਹਨਾਂ ਦਾ ਹਜੇ ਵੀ ਜਹਾਜ਼ ਭਰਨ ਵਾਲਾ ਹੀ ਆ, ਯਾਨੀ ਕਿ ਐਲਾਨ ਪੂਰੇ ਹੋ ਰਹੇ ਹੈਗੇ ਜੀ। ਬਿਲਕੁਲ ਬਿਲਕੁਲ, ਸਰਕਾਰ ਜਿਹੜੀ ਹੈਗੀ ਆ ਤਰਨ ਦੀ, ਅੱਗੇ ਇਹ ਸੋਚਿਆ ਜਾਂਦਾ ਹੁੰਦਾ ਸੀਗਾ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਬੜੀਆਂ ਨਾਪ ਤੋਲ ਕੇ ਬੋਲਦੀਆਂ ਹੈਗੀਆਂ ਆ, ਅਤੇ ਗਲਤ ਨਹੀਂ ਬੋਲਦੇ ਹੈਗੇ। ਤਾਂ ਹੁਣ ਇਹ ਇਹ ਦਾਅਵੇ ਜਿਹੜੇ ਹੈਗੇ ਐਲਾਨਵੰਤ ਵਾਲੇ, ਅਤੇ ਦਾਅਵਾ ਹੋਰ ਹੀ ਛੱਡ ਦਿੰਦੇ ਹੈਗੇ, ਨਿਕਲਦਾ ਉਹਦੇ ਵਿੱਚੋਂ ਫੋਕਾ ਬੰਬ ਹੀ ਆ, ਹੈ ਨਾ, ਅਤੇ ਇਹ ਲਿਟਲ ਐਲਾਨ ਕਹਿ ਸਕਦੇ ਆਪਾਂ ਹੁਣ ਐਂਡਰੂ ਲਿਟਲ ਦੇ ਨਾਲ ਜਿਹੜਾ ਛੋੜ ਕੇ ਨਾ ਜੀ।